ਮੈਨੂੰ ਮੇਰੀ ਫੈਮਿਲੀ ਫੈਮਿਲੀ ਵੱਲੋਂ ਬਹੁਤ ਵਧੀਆ سپورਟ ਹੈ ਜੀ ਮੇਰੇ ਪੇਰੈਂਟਸ ਵੱਲੋਂ ਮੇਰੇ ਬ੍ਰਦਰਸ ਵੱਲੋਂ ਮਤਲਬ ਓਵਰঅল ਸਾਰਿਆਂ ਵੱਲੋਂ ਮੈਨੂੰ ਬਹੁਤ سپورਟ ਹੈ ਇਹ ਸਾਰਾ ਗ੍ਰੈਜੂਏਟ ਜਾਂਦਾ ਹੈ ਜੀ ਖੁਸ਼ਕੁਸ਼ੂ ਸ਼ਰਮਾ मैम ਐਂਡ ਦੇਵੀ ਸ਼ਰਮਾ ਸਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਗੌਰਵ ਦਾਵਾ ਜਿਵੇਂ ਕਿ ਤੁਸੀਂ ਹੈਪੀ ਹੈਪੀ ਐਂਟਰਟੇਨਮੈਂਟ ਚੈਨਲ ਤੇ ਸਾਡੇ ਸਾਰਿਆਂ ਪ੍ਰੋਜੈਕਟਾਂ ਨੂੰ ਬਹੁਤ ਸਾਰਾ ਮਾਣ ਦਿੰਦੇ ਹੋ ਤੇ ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਆ ਕਿ ਤੁਹਾਨੂੰ ਕੋਈ ਨਵਕਲਾ ਔਰ ਨਵੀਂ ਚੀਜ਼ ਜਿਹੜੀ ਆ ਪੇਸ਼ ਕੀਤੀ ਜਾਵੇ ਜਾਨੀ ਕਿ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਪਏ ਆ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲੇ ਉਹਨਾਂ ਦੇ ਅੰਦਰ ਜਿਹੜਾ ਉਤਸ਼ਾਹ ਵੀ ਆਵੇ ਤੇ ਅੱਜ ਮੇਰੇ ਨਾਲ ਖੜੇ ਆ ਬਹੁਤ ਹੀ ਪਿਆਰੇ ਖੂਬਸੂਰਤ ਅਦਾਕਾਰਾ ਬਹੁਤ ਹੀ ਵਧੀਆ ਸੁਭਾਅ ਦੇ ਵੀ ਸੁਭਾਅ ਵੀ ਬਹੁਤ ਸੋਹਣਾ ਖੁੱਲਾ ਡੋਲਾ ਸੁਭਾਅ ਦੇ ਮਾਲਕ ਨੇ ਪ੍ਰੀਤ ਸੋਢੀ ਜੀ ਸਸ਼ੀਕਲ ਜੀ ਸਸ਼ੀਕਲ ਰੰਦਾਵਾ ਜੀ ਹਾਂ ਪ੍ਰੀਤ ਜੀ ਜੀ ਆਇਆਂ ਨੂੰ ਜੀ ਥੈਂਕ ਯੂ so much ਤੁਸੀਂ ਸਾਡੇ ਚੈਨਲ ਤੇ ਆਏ ਹੋ ਔਰ ਦਰਸ਼ਕਾਂ ਦੇ ਸਾਹਮਣੇ ਸੰਮੁਖ ਹੋਏ ਅਸ਼ਾ ਪ੍ਰੀਤ ਜੀ ਜਾਣੀ ਕਿ ਮੈਂ ਤੁਹਾਨੂੰ ਲਗਭਗ ਕੋਈ 10 11 ਮਹੀਨੇ ਤੋਂ ਮੇਰਾ ਤੁਹਾਡੇ ਨਾਲ ਵਾਪਿਆ ਮੈਂ ਤੁਹਾਨੂੰ ਜਾਨਣਾ ਸ਼ੁਰੂ ਕੀਤਾ ਹਾਂ ਤੇ ਮੈਨੂੰ ਖੁਦ ਨੂੰ ਵੀ ਬਹੁਤ ਸੋਹਣਾ ਲੱਗਾ ਐ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਇਹ ਖੂਬਸੂਰਤ ਜਿਹੜੀ ਕੁੜੀ ਆ ਹਸਮੁਖ ਸੁਭਾਅ ਦੀ ਜਿਹੜੀ ਲੜਕੀ ਆ ਇਹਦਾ ਸ਼ਹਿਰ ਕਿਹੜਾ ਤੁਹਾਡਾ ਮੈਂ ਬਿਲੋਂਗ ਕਰਦੀ ਆ ਫਿਰੋਜ਼ਪੁਰ ਸ਼ਹਿਰ ਤੋਂ ਓਕੇ ਜੀ ਔਰ ਜਿਵੇਂ ਕਿ ਆਪਣੀ ਇੰਡਸਟਰੀ ਆ ਗਲੈਮਰ ਦਾ ਯੋਗਿਆ ਤੇ ਔਰਤਾ ਬਹੁਤ ਸਾਰੇ ਮਾਰਕੇ ਵੀ ਮਾਰ ਰਹੀਆਂ ਔਰ ਤੁਸੀਂ ਇੱਕ ਜੰਗ ਲੇਡੀ ਹੋ ਔਰ ਤੁਸੀਂ ਇਸ ਫੀਲਡ 'ਚ ਵੀ ਆਏ ਹੋ ਔਰ ਪਰਿਵਾਰਕ ਸਪੋਰਟ ਕਿਸ ਤਰ੍ਹਾਂ ਦੀ ਹੈ ਅ ਮੈਨੂੰ ਮੇਰੀ ਫੈਮਿਲੀ ਫੈਮਿਲੀ ਵੱਲੋਂ ਬਹੁਤ ਵਧੀਆ ਸਪੋਰਟ ਹੈ ਜੀ ਮੇਰੇ ਪੇਰੈਂਟਸ ਵੱਲੋਂ ਮੇਰੇ ਬ੍ਰਦਰਸ ਵੱਲੋਂ ਮਤਲਬ ਓਵਰ 올 ਸਾਰਿਆਂ ਵੱਲੋਂ ਮੈਨੂੰ ਬਹੁਤ ਸਪੋਰਟ ਹੈ ਉਹਨਾਂ ਦੀ ਸਪੋਰਟ ਦੀ ਬਦੌਲਤ ਹੀ ਇੱਥੇ ਖੜੀ ਆ ਹਨਾ ਅੱਛਾ ਜੀ ਔਰ ਤੁਸੀਂ ਸਭ ਤੋਂ ਪਹਿਲਾਂ ਮਿਲ ਕਿਹੜਾ ਪ੍ਰੋਜੈਕਟ ਕੀਤਾ ਜੀ ਮੀਰਾ ਸਭ ਤੋਂ ਪਹਿਲਾਂ ਸੀ ਜੀ ਇੱਕ OTT ਦੇ ਪਲੇਟਫਾਰਮ ਤੇ ਮੂਵੀ ਰਿਲੀਜ਼ ਹੋ ਚੁੱਕੀ ਹੈ ਰਜ਼ੀਆ ਰਜ਼ੀਆ ਹਾਂ ਰਜ਼ੀਆ ਰਜ਼ੀਆ ਦਾ ਕਨਸੈਪਟ ਤਾਂ ਕਾਫੀ ਬਹੁਤ ਸੋਹਣਾ ਵਧੀਆ ਡਿਜ਼ਾਈਨ ਕੀਤਾ ਗਿਆ ਸੀ ਮੈਂ ਵੀ ਵੇਖਿਆ ਔਰ ਇਸ ਤੋਂ ਇਲਾਵਾ ਜਿਹੜਾ ਹੈ ਜੀ ਹੋਰ ਜਿਹੜਾ ਕੋਈ ਪ੍ਰੋਜੈਕਟ ਕਿਹੜਾ ਤੁਸੀਂ ਕਰ ਰਹੇ ਹੋ ਮੈਂ ਕਰ ਰਹੀ ਆ ਜੀ ਫਿਲਹਾਲ ਤਾਂ ਬਹੁਤ سارے ਪ੍ਰੋਜੈਕਟਸ ਸ਼ੂਟ ਹੋ ਚੁੱਕੇ ਆ ਜਿਨ੍ਹਾਂ ਚ ਫੀਚਰ ਫਿਲਮਸ ਵੀ ਹੈਗੀਆਂ ਹਾਂ ਔਰ ਸ਼ਾਰਟ ਮੂਵੀਜ਼ ਵੀ ਹੈਗੀਆਂ ਸੌਂਗਸ ਵੀ ਹੈਗੇ ਆ ਤੇ ਬਸ ਹੁਣ ਥੋੜੇ ਹੀ ਸਮੇਂ ਦੇ ਵਿੱਚ ਸਾਡੀਆਂ ਫੀਚਰ ਫਿਲਮਸ ਰਿਲੀਜ਼ ਹੋਣ ਵਾਲੀਆਂ ਔਰ ਜਿਹੜੀਆਂ ਸ਼ਾਰਟ ਮੂਵੀਜ਼ ਆ ਆਲਮੋਸਟ ਜਿੰਨੀਆਂ ਵੀ ਮੈਂ ਕੀਤੀਆਂ ਸਾਰੀਆਂ ਰਿਲੀਜ਼ ਹੋ ਚੁੱਕੀਆਂ ਤੇ ਜਿਹੜੀ ਫੀਚਰ ਫਿਲਮ ਆ ਉਹ ਕਿਹੜੀਆਂ-ਕਿਹੜੀਆਂ ਤੁਹਾਡੀਆਂ ਆ ਰਹੀਆਂ ਜੀ ਫੀਚਰ ਫਿਲਮ ਹੈਗੀ ਆ ਕੰਟਰੀਸਾਈਡ ਗੁੰਡੇ हवेलीन ट्रबल ओके ओके और अपनी जिस तरह के लघु फिल्में आज आजकल ओटीटी पे प्रोजेक्ट चल रहे हैं और ਤੁਹਾਡੇ ਜਿੰਨੇ ਵੀ ਪ੍ਰੋਜੈਕਟ ਹੈ ਘੱਟ ਤੋਂ ਘੱਟ 1 ਘੰਟਾ ਜਾਂ 40 50 ਮਿੰਟ ਤੋਂ ਘੱਟ ਨਹੀਂ ਹੁੰਦੇ। ਹਾਂਜੀ ਬਿਲਕੁਲ। ਔਰ ਤੁਹਾਡਾ ਹਰ ਪ੍ਰੋਜੈਕਟ ਵਿੱਚ ਬਹੁਤ ਹੀ ਸੋਹਣਾ ਕਿਰਦਾਰ ਕੜਿਆ ਜਾਂਦਾ। ਤੁਹਾਡਾ ਕਿਰਦਾਰ ਘੜਨ ਦਾ ਜਾਂ ਤੁਹਾਡਾ ਕਰੈਕਟਰ ਲਿਖਣ ਦਾ ਇਹ ਸਿਹਰਾ ਕਿੰਨਾਂ ਨੂੰ ਜਾਂਦਾ ਜੀ? ਇਹ ਸਾਰਾ ਕ੍ਰੈਡਿਟ ਜਾਂਦਾ ਹੈ ਜੀ ਖੁਸ਼ਬੂ ਸ਼ਰਮਾ मैम ਐਂਡ ਦੇਵੀ ਸ਼ਰਮਾ ਸਰ। ਕਿਉਂਕਿ ਦੇਖੋ ਇਹਨਾਂ ਦੇ ਥਰੂ ਹੀ ਮੈਂ ਇੰਡਸਟਰੀ ਦੇ ਵਿੱਚ ਕਦਮ ਰੱਖਿਆ। ਔਰ ਇਹਨਾਂ ਨੇ ਹੀ ਮੈਨੂੰ ਅੱਜ ਇੱਥੇ ਲਿਆ ਕੇ ਖੜੀ ਕਰਤਾ। ਇਹਨਾਂ ਦੀ ਬਦੌਲਤ ਹੀ ਅੱਜ ਮੈਂ ਜਿੰਨੇ ਵੀ ਪ੍ਰੋਜੈਕਟਸ ਕੀਤੇ ਆ ਇਹਨਾਂ ਦੀ ਬਦੌਲਤ ਹੀ ਕੀਤੇ ਆ। ਤੁਹਾਡੇ ਨਾਲ ਵੀ ਮੇਲ-ਮਿਲਾਪ ਇਹਨਾਂ ਦੀ ਬਦੌਲਤ ਹੀ ਹੋਇਆ। ਬਿਲਕੁਲ ਜੀ ਬਿਲਕੁਲ। ਔਰ ਸਭ ਤੋਂ ਵੱਡੀ ਗੱਲ ਹੈਗੀ ਐ ਕਿ ਮੈਂ ਜਦੋਂ ਹਰ ਸੈੱਟ ਤੇ ਤੁਹਾਨੂੰ ਮਿਲਦਾ ਨਵੇਂ ਪ੍ਰੋਜੈਕਟ ਤੇ ਮਿਲਦਾ ਮੈਨੂੰ ਤੁਹਾਡੀ ਕਲਾ ਵਿੱਚ ਨਾ ਪਿਛਲੇ ਪ੍ਰੋਜੈਕਟ ਨਾਲੋਂ ਵੱਧ ਨਖਾਰ ਨਜ਼ਰ ਆਉਂਦਾ। ਕੀ ਆਪਣਾ ਭਾਈ ਦੇਵੀ ਸ਼ਰਮਾ ਸਾਹਿਬ ਉਹ ਸਪੈਸ਼ਲ ਤੁਹਾਨੂੰ ਉਹ ਕਰੈਕਟਰ ਦੇ ਬਾਰੇ ਸਮਝਾਉਂਦੇ ਆ ਜਾਂ ਤੁਹਾਨੂੰ ਉਹ ਉਹਨਾਂ ਦਾ ਸੁਭਾਅ ਦੱਸਦੇ ਕਿ ਇਹ ਸੁਭਾਅ ਇਸ ਤਰ੍ਹਾਂ ਦਾ ਕਰੈਕਟਰ ਦਾ ਹੈ ਹਾਂਜੀ ਦੇਖੋ ਜੀ ਕੋਈ ਵੀ ਕਰੈਕਟਰ ਕਰਨਾ ਹੁੰਦਾ ਉਹ ਤਾਂ ਡਿਸਕਸ਼ਨ ਤਾਂ ਹੁੰਦੀ ਹੈ ਹਾਂਜੀ ਖੁਸ਼ਬੂ ਮੈਮ ਨਾਲ ਵੀ ਡਿਸਕਸ਼ਨ ਹੁੰਦੀ ਹੈ ਸ਼ਰਮਾ ਸਰ ਨਾਲ ਵੀ ਡਿਸਕਸ਼ਨ ਹੁੰਦੀ ਹੈ ਜੇ ਮੈਂ ਕਿਤੇ ਕਨਫਿਊਜ਼ ਹੁੰਨੀ ਆ ਤੇ ਇਹ ਕਨਫਿਊਜ਼ਨ ਨੂੰ ਬੜੇ ਪਿਆਰ ਨਾਲ ਦੂਰ ਵੀ ਕਰਦੇ ਆ ਤੇ ਔਰ ਸਾਨੂੰ ਸੈੱਟ ਤੇ ਜਾ ਕੇ ਬਹੁਤ ਮਜ਼ਾ ਆਉਂਦਾ ਕੰਮ ਕਰਨ ਚ ਕਿਉਂਕਿ ਇਹਨਾਂ ਦੇ ਵਿੱਚ ਕੋਈ ਉਹ ਨਹੀਂ ਓਵਰ ਕੌਨਫੀਡੈਂਸ ਨਹੀਂ ਹੈ ਅਗਰ ਸਾਨੂੰ ਰੀਟੇਕ ਦੇਣਾ ਵੀ ਪੈਂਦਾ ਤੇ ਬਹੁਤ ਪਿਆਰ ਨਾਲ ਉਸ ਚੀਜ਼ ਨੂੰ ਹੈਂਡਲ ਕਰਦੇ ਆ ਬਸ ਐਸੇ ਕਰਕੇ ਹੀ ਅੱਜ ਮੈਂ ਕੌਨਫੀਡੈਂਸ ਨਾਲ ਹਰ ਇੱਕ ਕਿਰਦਾਰ ਜੋ ਵੀ ਇਹ ਮੈਨੂੰ ਦਿੰਦੇ ਆ ਉਹਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਨਿਭਾ ਪਾਣੀ ਆ ਹਾਂਜੀ ਤੇ ਜਿਵੇਂ ਕਿ ਤੁਹਾਡੇ ਜਿਹੜੇ ਅੱਗੇ ਆ ਲੰਗੂ ਫਿਲਮਾਂ ਹਾਂਜੀ ਕਿੰਨੀਆਂ ਕਰ ਚੁੱਕੇ ਜੀ ਹੁਣ ਤੱਕ ਪਾਜੀ ਦੇਵੀ ਸ਼ਰਮਾ ਸਾਹਿਬ ਦੇ ਨਾਲ ਹਾਂ ਹੋਂ ਤੱਕ ਸਰ ਮੈਂ ਜਿਵੇਂ ਕਿ ਲਾਸਟ ਫੈਬ ਤੋਂ ਸਟਾਰਟ ਕੀਤਾ ਸੀ ਲਾਸਟ ਫਰਵਰੀ ਤੋਂ ਮੈਂ ਸਟਾਰਟ ਕੀਤਾ ਹਾਂ ਹਾਂਜੀ ਤੇ ਹਜੇ ਤੱਕ ਸਾਲ ਵੀ ਨਹੀਂ ਹੋਇਆ ਨਹੀਂ ਸਾਲ ਨਹੀਂ ਹੋਇਆ ਜੀ ਹੈਲੋ ਹਾਂਜੀ ਤੇ ਇਹਨਾਂ 10 11 ਮਹੀਨਿਆਂ ਦੇ ਵਿੱਚ ਮੈਂ ਆਲਮੋਸਟ 10 ਤੋਂ 12 ਪ੍ਰੋਜੈਕਟ ਕਰ ਚੁੱਕੀ ਹਾਂ ਸ਼ਾਰਟ ਔਰ ਸ਼ਾਰਟ ਮੂਵੀਜ਼ ਦੇ ਤੇ ਦੋ ਫੀਚਰ ਫਿਲਮਸ ਕਰ ਚੁੱਕੀ ਹਾਂ ਤੇ ਔਰ ਚਾਰ Song ਕਰ ਚੁੱਕੀ ਹਾਂ ਪੰਜਾਬੀ ਹਾਂਜੀ ਅੱਜ ਜਿਹੜੇ ਆਪਾਂ ਇੱਥੇ ਸੈੱਟ ਤੇ ਇਕੱਠੇ ਹੋਏ ਆਂ ਇਸ ਪ੍ਰੋਜੈਕਟ ਦਾ ਨਾਮ ਕੀ ਹੈ ਜੀ ਇਹਦਾ ਹੈਗਾ ਜੀ ਲਾਠ ਲਾਠ ਇਸ ਪ੍ਰੋਜੈਕਟ ਦੇ ਵਿੱਚ ਤੁਹਾਡਾ ਜਿਹੜਾ ਕੈਰੈਕਟਰ ਉਹ ਮਤਲਬ ਕਿਸ ਤਰ੍ਹਾਂ ਦੀ ਸ਼ੇਡ ਦਾ ਕੈਰੈਕਟਰ ਆ ਇਹ ਜਿਹੇ ਮਨੂ ਇੱਕ ਬਹੁਤ ਅਮੀਰ ਘਰ ਦੀ ਜਿੱਤਾਂ ਪਿੰਡਾਂ ਦੇ ਵਿੱਚ ਸਰਦਾਰਨੀਆਂ ਹੁੰਦੀਆਂ ਹਾਂਜੀ ਉਹਦਾ ਕੈਰੈਕਟਰ ਦਿੱਤਾ ਗਿਆ ਔਰ ਉਹਦੇ ਵਿੱਚ ਜੋ ਜ਼ਮੀਨ ਜਾਇਦਾਦ ਦੇ ਲਾਲਚ ਨੂੰ ਹਾਂਜੀ ਹੈਨਾ ਮੇਰੇ ਘਰ ਦੇ ਆਨੇ ਮੇਰਾ ਵਿਆਹ ਇੱਕ 올ਡ ਏਜ ਕਹਿ ਲੋ ਤੁਸੀਂ ਜਾਂ ਮੇਰੇ ਤੋਂ ਬਹੁਤ ਜ਼ਿਆਦਾ ਉਮਰ ਦੇ ਪਰਸਨ ਨਾਲ ਕਰ ਦਿੱਤਾ ਸਿਰਫ ਇੱਕ ਜ਼ਮੀਨ ਜਾਇਦਾਦ ਨੂੰ ਲੈ ਕੇ ਹਾਂਜੀ ਔਰ ਮੇਰੀ ਉਮਰ ਬਹੁਤ ਘੱਟ ਹੈ ਹਾਂਜੀ ਠੀਕ ਹੈ ਤੇ ਉਸੇ ਲਾਲਚ ਨੂੰ ਦੇਖ ਕੇ ਮੈਂ ਉਹ ਸਾਰੀ ਜ਼ਮੀਨ ਹੜਪੰਦੀ ਕੋਸ਼ਿਸ਼ ਕਰਦੀ ਆਂ ਔਰ ਉਹਦੇ ਕਰਕੇ ਮੈਂ ਆਪਣੇ ਛੋਟੇ ਦੇ ਉਰ ਜਿਹੜਾ ਕਿ ਸਾਡਾ ਮਤਰੇ ਆ ਹਨਾ ਹਾਂਜੀ ਉਹਦਾ ਕਤਲ ਕਰਵਾਨੀ ਆ ਸਿਰਫ ਇੱਕ ਜ਼ਮੀਨ ਜਾਇਦਾਦ ਦੇ ਕਰਕੇ ਹਾਂ ਲਾਲਚ ਦੇ ਵਿੱਚ ਆ ਲਾਲਚ ਦੇ ਕਰਕੇ ਵੀ ਇੱਕ ਬਹੁਤ ਛਾਤਰ ਦਿਮਾਗ ਲੇਡੀ ਦਿਖਾਈ ਗਈ ਹੈ ਇਹਦੇ ਚ ਸਰਦਾਰਨੀ ਵਾਜੀ ਜਿਸ ਤਰ੍ਹਾਂ ਕਿ ਪ੍ਰੀਜੀ ਹੁਣ ਪ੍ਰੋਜੈਕਟ ਇੱਕ ਤੁਹਾਡਾ ਰਿਲੀਜ਼ ਹੋ ਰਿਹਾ ਪੁੱਤਰ ਮਿਠੜੇ ਬੇਬੇ ਹਾਂਜੀ ਪੁੱਤਰ ਮਿਠੜੇ ਮੇਵਾ ਜਿਹੜਾ ਪ੍ਰੋਜੈਕਟ ਆ ਉਹਦੀ ਕਹਾਣੀ ਦੇ ਬਾਰੇ ਜਿਆਦਾ ਤਾਂ ਨਾ ਚਾਣਨਾ ਚਲੋ ਆਪਾਂ ਨਹੀਂ ਤੁਹਾਡੇ ਕੋ ਮੰਗਦੇ ਨਹੀਂ ਜਾਣਕਾਰੀ ਥੋੜੀ ਜੀ ਸ਼ੇਅਰ ਦਿਓ ਕਿ ਜਿਹੜਾ ਪੁੱਤਰ ਮਠੜੇ ਮੇਵੇ ਜਿਹੜਾ ਪ੍ਰੋਜੈਕਟ ਆ ਉਹਦੀ ਕਹਾਣੀ ਦਾ ਜਿਹੜਾ ਬਰਤਾਂਤ ਹੋ ਕਿਸ ਤਰ੍ਹਾਂ ਦਾ ਜੀ ਇਹਦੇ ਚੀ ਜੀ ਹਸਬੰਡ ਵਾਈਫ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦਿਖਾਇਆ ਗਿਆ ਟਿਲ ਫਰਸਟ ਡੇ ਟੂ ਲੈ ਕੇ ਉਹਨਾਂ ਦੇ ਮਰਨ ਤੱਕ ਔਰ ਇਹਦੇ ਵਿੱਚ ਕੀ ਆ ਉਹਨਾਂ ਦੇ ਕੋਈ ਔਲਾਦ ਨਹੀਂ ਹੁੰਦੀ ਬਹੁਤ ਸਾਲਾਂ ਤੱਕ ਉਹ ਨਕਰ ਰਗੜਦੇ ਆ ਮੱਥੇ ਰਗੜਦੇ ਆ ਮੱਥੇ ਟੇਕਦੇ ਆ ਕਿੱਥੇ ਕਿੱਥੇ ਜਾ ਕੇ ਕੋਈ ਉਹਨਾਂ ਨੇ ਧਰਮ ਨਹੀਂ ਛੱਡਿਆ ਕੋਈ ਉਹਨਾਂ ਨੇ ਸਮਾਜ ਨਹੀਂ ਛੱਡਿਆ ਕੋਈ ਦਵਾਈ दारू ਨਹੀਂ ਛੱਡੀ ਪਰ ਜਦੋਂ ਉਹਨਾਂ ਦੇ ਘਰ ਮੁੰਡੇ ਹੁੰਦੇ ਆ ਤੇ ਉਹ ਅੱਜ ਦੇ ਟਾਈਮ ਨੂੰ ਲੈ ਕੇ ਆਲਮੋਸਟ ਆਪਾਂ 100% ਨਹੀਂ ਕਹਿ ਸਕਦੇ ਆਲਮੋਸਟ ਘਰਾਂ ਦੇ ਵਿੱਚ ਇਹੀ ਕੁਝ ਚੱਲ ਰਿਹਾ ਕਿ ਆਪਣੇ ਮਾਪਿਆਂ ਨੂੰ ਨਕਾਰਿਆ ਜਾਂਦਾ ਹਾਂਜੀ ਜਿਹੜੇ ਮਾਪਿਆਂ ਲਈ ਇੰਨਾ ਸਟਰਗਲ ਕਰਦੇ ਆ ਉਹਨਾਂ ਲਈ ਮੰਨਤਾ ਮੰਗਦੇ ਆ ਹਨਾ ਔਰ ਐਂਡ ਵਾਲੀ ਸਟੇਜ ਤੇ ਜਾ ਕੇ ਉਹਨਾਂ ਨੂੰ ਬਹੁਤ ਬੁਰੀ ਤਰੀਕੇ ਨਾਲ ਉਹਨਾਂ ਨੂੰ ਇੱਕ ਬੁਰਾ ਬਰਤావ ਕੀਤੇ ਜਾਂਦੇ ਉਹਨਾਂ ਨਾਲ ਹਨਾ ਨੋਆ ਪੁੱਤਾਂ ਵੱਲੋਂ ਤੇ ਇਹਦੇ ਵਿੱਚ ਇਹੀ ਹੈ ਜੀ ਮੈਂ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੀ ਕਿਉਂਕਿ ਜਦੋਂ ਰਿਲੀਜ਼ ਹੋਊਗੀ ਤੁਸੀਂ ਉਦੋਂ ਹੀ ਇਸ ਦੇ ਵਿੱਚ ਪ੍ਰੋਜੈਕਟ ਵਿੱਚ ਤੁਸੀਂ ਫਿਰ ਕਿਹੜੀ ਈ ਦਾ ਕਰੈਕਟਰ ਜ਼ਿਆਦਾ ਜਿਹੜਾ ਕੀਤਾ ਇਹਦੇ ਵਿੱਚ ਮੈਂ ਯੰਗਸਟਰ ਤੋਂ ਲੈ ਕੇ ਟਿਲ ਬੁਢਾਪੇ ਤੱਕ ਤੇ ਆਪਣੇ ਆਪ ਨੂੰ ਕਿਵੇਂ ਢਾਲ ਲਿਆ ਕਿ ਤੁਸੀਂ ਮਤਲਬ ਵੇਖਣ ਨੂੰ ਇਹ ਨਹੀਂ ਲੱਗਦਾ ਕਿ ਕੀ ਪ੍ਰੀਤ ਸੋਢੀ ਉਹ 올ਡਜ ਕਰੈਕਟਰ ਮਿਲ ਕਰ ਸਕਦੀ ਆ ਤੇ ਉਹ ਕਿਵੇਂ ਨਿਭਾਇਆ ਤੁਸੀਂ ਮਿਲ ਕਿਵੇਂ ਫੀਲ ਕੀਤਾ ਕਿਵੇਂ ਉਸ ਕਰੈਕਟਰ ਦੇ ਵਿੱਚ ਖੂਬੇ ਕਿਵੇਂ ਇਹ ਤਾਂ ਜੀ ਸਾਰੀ ਮਿਹਰਬਾਨੀ ਹਨਾ ਖੁਸ਼ਬੂ ਮਾਮ ਤੇ ਸ਼ਰਮਾ ਸਰਦੀ ਆ ਕਿ ਇਹਨਾਂ ਨੇ ਮੈਨੂੰ ਜਿੱਦਾਂ ਜਿੱਦਾਂ ਸੀਨ ਆਂਦੇ ਗਏ ਜਿੱਦਾਂ ਜਿੱਦਾਂ ਕਰੈਕਟਰ ਦੇ ਵਿੱਚ ਇਹਨਾਂ ਨੇ ਮੈਨੂੰ ਢਾਲਣਾ ਚਾਹਿਆ ਉਦਾਂ ਮੈਂ ਢਾਲ ਲਈ ਔਰ ਜਿਹੜਾ 올 ਏਜ ਦਾ ਗੈਟਅਪ ਸੀਗਾ ਉਹ ਵੀ ਅਸੀਂ ਖੁਦ ਮਤਲਬ 2 ਤੋਂ 3 ਦਿਨ ਸਾਨੂੰ ਲੱਗੇ ਡਿਜ਼ਾਈਨ ਕਰਨ ਚ ਕਿ ਇਸ ਚੀਜ਼ ਨੂੰ ਜੇ ਆਪਾਂ ਇਦਾਂ ਕਰੀਏ ਇਸ ਚੀਜ਼ ਨੂੰ ਇਦਾਂ ਕਰੀਏ ਤੇ ਇਹਦੇ ਚ ਆ ਲੁੱਕ ਨਿਕਲੂਗੀ ਤੇ ਜਿੰਨੇ ਵੀ ਆਰਟਿਸਟ ਸੀਗੇ ਸਾਡੇ ਤੇ ਅਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਮੇਰੇ ਉਸ 올 ਏਜ ਦੇ ਕਰੈਕਟਰ ਨੂੰ ਲੈ ਕੇ ਮਿਹਨਤ ਕੀਤੀ ਹੈ ਤੇ ਉਹ ਤਾਂ ਉਸ ਤੁਹਾਡੇ ਸਾਹਮਣੇ ਨਿਕਲ ਕੇ ਆਊਗਾ ਕਰੈਕਟਰ ਕਿ ਹਾਂ ਅਸ਼ਾ ਪ੍ਰੀਤ ਜੀ ਮੈਂ ਨਾ ਇੱਕ ਦੋ ਸਵਾਲ ਲਾਸਟ ਚ ਕਰਾਂਗਾ ਹਾਂ ਜਿਵੇਂ ਕਿ ਔਰਤ ਪ੍ਰਧਾਨ ਪ੍ਰੋਜੈਕਟ ਹੁੰਦੇ ਆ ਜੀ ਔਰਤ ਦੀ ਗੱਲ ਕੀਤੀ ਜਾਂਦੀ ਆ ਔਰਤ ਨੂੰ ਵਿਖਾਇਆ ਜਾਂਦਾ ਕਿ ਉਹ ਔਰਤ ਕੀ ਕਰਨਾ ਚਾਹੁੰਦੀ ਸਮਾਜ ਦੇ ਵਿੱਚ ਕੁਝ ਤੁਹਾਡੇ ਮਨ 'ਚ ਇਸ ਤਰ੍ਹਾਂ ਦੀ ਖਾਸ ਹੋਵੇ ਕਿ ਮੈਂ ਔਰਤਾਂ ਦੇ ਲਈ ਕੋਈ ਔਰਤ ਪ੍ਰਧਾਨ ਪ੍ਰੋਜੈਕਟ ਕੁਝ ਇਸ ਤਰ੍ਹਾਂ ਦੀ ਸਟੋਰੀ ਕ੍ਰੀਏਟ ਕਰਨ ਦਾ ਮਨ 'ਚ ਵਿਚਾਰ ਹੋਵੇਗਾ ਜਿਸ ਤਰ੍ਹਾਂ ਕਿ ਕੁਝ ਔਰਤਾਂ ਦੇ ਸੁਪਨੇ ਦਬੇ ਰਹ ਜਾਂਦੇ ਆ ਬਹੁਤ ਸਾਰੀਆਂ ਔਰਤਾਂ ਦੇ ਹਨਾ ਸੁਪਨੇ ਜਿਹੜੇ ਆ ਉਹ ਜਾਗਰ ਨਹੀਂ ਹੁੰਦੇ ਕੋਈ ਮਨ 'ਚ ਖਿਆਲ ਆ ਤੇ ਇਸ ਤਰ੍ਹਾਂ ਦਾ ਕੋਈ ਆ ਰਿਹਾ ਕਿ ਕੋਈ ਮੈਂ ਇਸ ਤਰ੍ਹਾਂ ਦਾ ਪ੍ਰੋਜੈਕਟ ਵੀ ਕਰਾਂ ਜੋ ਆਉਤਾਂ ਦੇ ਬਿਲਕੁਲ ਜੀ ਇਦਾਂ ਹੁੰਦਾ ਕਿ ਅੱਜ ਕੱਲ ਜਿਸ ਹਿਸਾਬ ਨਾਲ ਮਾਹੌਲ ਚੱਲ ਰਿਹਾ ਹਾਂਜੀ ਹੈਨਾ ਕੁੜੀਆਂ ਦੇ ਪ੍ਰਤੀ ਪੇਰੈਂਟਸ ਬਹੁਤ ਜ਼ਿਆਦਾ ਅਵੇਅਰ ਅਵੇਅਰ ਤਾਂ ਪਹਿਲਾਂ ਵੀ ਸੀਗੇ ਬਟ ਪਹਿਲਾਂ ਇਹ ਚੀਜ਼ ਹੈ ਨਹੀਂ ਸੀਗੀ ਜੋ ਅੱਜ ਕੱਲ ਦੇਖਣ ਨੂੰ ਮਿਲ ਰਹੀ ਹੈ ਹੈਨਾ ਔਰ ਉਸ ਚੀਜ਼ ਨੂੰ ਲੈ ਕੇ ਪੇਰੈਂਟਸ ਬਹੁਤ ਡਰੇ ਹੋਏ ਆ ਕਿ ਕਿਤੇ ਕੋਈ ਗਲਤ ਸਟੈਪ ਨਾ ਹੋ ਜੇ ਲਾਈਕ ਜਿੱਦਾਂ ਨਸ਼ੇ ਨੂੰ ਲੈ ਕੇ ਕਹਿ ਲਓ ਹੋਰ ਬਹੁਤ ਸਾਰੀਆਂ ਚੀਜ਼ਾਂ ਆਪਣੇ ਸਮਾਜ ਦੇ ਵਿੱਚ ਆ ਚੁੱਕੀਆਂ ਹੈ ਹਨ ਤੇ ਮੈਂ ਚਾਹੂੰਗੀ ਕਿ ਇਦਾਂ ਦਾ ਪ੍ਰੋਜੈਕਟ ਆਵੇ ਸਾਹਮਣੇ ਤਾਂ ਕਿ ਜਿਹੜੀਆਂ ਘਰ ਬੈਠੀਆਂ ਇੱਕ ਬਹੁਤ ਵਧੀਆ ਕੁੜੀਆਂ ਨੇ ਕੁੜੀਆਂ ਦੇਖੋ ਸਾਰੀਆਂ ਵਧੀਆਂ ਨੇ ਪਰ ਉਹ ਉਹਨਾਂ ਦੀ ਸੁਸਾਇਟੀ ਕਰਕੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ ਕੀ ਕਰ ਰਹੇ ਬਿਲਕੁਲ ਜੀ ਬਿਲਕੁਲ ਤੇ ਮੈਂ ਚਾਹਨੀ ਆ ਕਿ ਕੁਝ ਇਹੋ ਜਿਹਾ ਪ੍ਰੋਜੈਕਟ ਆਵੇ ਕਿ ਜਿਹਦੇ ਕਰਕੇ ਜਿਹੜੀਆਂ ਕੁੜੀਆਂ ਦੇ ਸੁਪਨੇ ਆ ਹਾਂ ਬਹੁਤ ਇੱਕ ਸੁਪਨੇ ਦਾ ਸੁਪਨਾ ਹੀ ਹੈ ਚਾਹੇ ਉਹ ਛੋਟੇ ਹੈ ਚਾਹੇ ਬਿਲਕੁਲ ਜੀ ਬਿਲਕੁਲ ਕਿ ਉਹ ਬਾਹਰ ਨਿਕਲ ਕੇ ਆਣ ਪੇਰੈਂਟਸ ਉਸ ਚੀਜ਼ ਨੂੰ ਸਮਝਣ ਇੱਕ ٹرسٹ ਨਾਮ ਦੀ ਵੀ ਇੱਕ ਚੀਜ਼ ਹੁੰਦੀ ਹੈ ਹੈਨਾ ਜੋ ਅੱਜ ਕੱਲ ਦੀ ਜਨਰੇਸ਼ਨ ਕੁੜੀਆਂ ਮੁੰਡੇ ਦੋਵੇਂ ਪੇਰੈਂਟਸ ਤੇ ਵੀ ਬਣਾਣ ਔਰ ਪੇਰੈਂਟਸ ਉਹਨਾਂ ਤੇ ਵੀ ٹرسٹ ਕਰਕੇ ਉਹਨਾਂ ਨੂੰ ਇੱਕ ਮੌਕਾ ਦੇਵੇ ਕਿ ਉਹ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਣ ਹੈਨਾ ਇਸ ਤਰੀਕੇ ਦਾ ਕੋਈ ਪ੍ਰੋਜੈਕਟ ਲੈ ਕੇ ਆਵਾਂਗੇ ਜਲਦੀ ਹੀ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਕਿ ਹੁਣ ਆਪਣੇ ਸਾਡੇ ਪੰਜਾਬ ਦੀ ਲੇਡੀਜ਼ ਹਰਨਾਜ ਕੋਰ ਸੰਧੂ ਉਹ ਜਿਸ ਤਰ੍ਹਾਂ ਚੁਣੀ ਗਈ ਆ ਤੇ ਤੁਹਾਡੀ ਕੀ رائے ਆ ਕਿ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਵੀ ਲੇਡੀਜ਼ ਨੇ ਜਿਹੜੇ ਜਿੱਦਾਂ ਪੰਜਾਬ ਦੀਆਂ ਕੁੜੀਆਂ ਕਿਸ ਤੱਕ ਗਈਆਂ ਛਲਾਂਗ ਮਾਰ ਚੁੱਕੀਆਂ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ ਉਹ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਹੈਨਾ ਪੰਜਾਬ ਦੀਆਂ ਕੁੜੀਆਂ ਕਿੱਥੋਂ ਤੱਕ ਪਹੁੰਚੀਆਂ ਉਹ ਇੱਕ ਪੇਰੈਂਟਸ ਦੀ ਸਪੋਰਟ ਉਹਦੇ 'ਚ ਬਹੁਤ ਮੈਟਰ ਕਰਦੀ ਆ ਮੈਟਰ ਕਰਦੀ ਆ ਜੇ ਸਾਡੀ ਸਪੋਰਟ ਦੇ ਵਿੱਚ ਪੇਰੈਂਟਸ ਨਹੀਂ ਖੜੇ ਹੋਣਗੇ ਅਸੀਂ ਉਹਨਾਂ ਤੋਂ ਬਾਹਰ ਹੋ ਕੇ ਕੋਈ ਕੰਮ ਕਰਦੇ ਆ ਤੇ ਉਹਦੇ 'ਚ ਅਸੀਂ ਸਕਸੈਸ ਤਾਂ ਹੁੰਨੇ ਆ ਬਟ ਕਿਤੇ ਨਾ ਕਿਤੇ ਜਾ ਕੇ ਅੱਗੇ ਟਾਈਮ ਤੇ ਜਾ ਕੇ ਅਸੀਂ ਦੋਲ ਜਾਂਦੇ ਆ ਔਰ ਉਹਦੇ ਚ ਹਰਨਾਜ਼ ਕੋਰ ਸੰਧੂ ਨੇ ਪ੍ਰੂਫ ਦਿੱਤਾ ਕਿ ਅਗਰ ਪੇਰੈਂਟਸ ਤੁਹਾਡੇ ਨਾਲ ਹੈ ਤੇ ਕੁਝ ਵੀ ਇੰਪੋਸੀਬਲ ਨਹੀਂ ਹੈਗਾ ਅਸ਼ਾ ਪ੍ਰੀਤ ਜੀ ਜਿਸ ਤਰ੍ਹਾਂ ਕਿ ਤੁਸੀਂ ਥੋੜੇ ਹੀ ਸਮੇਂ ਵਿੱਚ ਹਨਾ ਅਜੇ ਇੱਕ ਸਾਲ ਨਹੀਂ ਹੋਇਆ ਤੁਹਾਨੂੰ ਇੰਡਸਟਰੀ ਚ ਆਇਆ ਨੂੰ ਹਾਂਜੀ ਤੇ ਬਹੁਤ ਵਧੀਆ ਕਨਸੈਪਟ ਕੀਤੇ ਆ ਤੇ ਔਰ ਬਹੁਤ ਸਾਰੇ ਕਨਸੈਪਟ ਕੀਤੇ ਆ ਔਰ ਹਰ ਕਨਸੈਪਟ ਚ ਤੁਸੀਂ ਅਲੱਗ ਕੈਰੈਕਟਰ ਦਿੱਤਾ ਅਲੱਗ ਛੇੜ ਦਿੱਤੀ ਆ ਤੁਹਾਡਾ ਨਿੱਜੀ ਤਜਰਬਾ ਆਪਣਾ ਇੱਕ ਲੜਕੀ ਦਾ ਤਜਰਬਾ ਇੱਕ ਨੌਜਵਾਨ ਲੜਕੀ ਦਾ ਤਜਰਬਾ ਜਿਹੜਾ ਹੈਗਾ ਆ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਨੌਜਵਾਨ ਲੜਕੀਆਂ ਇਸ ਫੀਲਡ ਚ ਆ ਰਹੀਆਂ ਉਹਨਾਂ ਨੂੰ ਤੁਸੀਂ ਇਸ ਆਪਣੇ ਤਜਰਬੇ ਤੋਂ ਉਹਨਾਂ ਬਾਰੇ ਉਹਨਾਂ ਨੂੰ ਕੋਈ ਲਾਸਟ ਜਿਹੜਾ ਇੱਕ ਮੈਸੇਜ ਜ਼ਰੂਰ ਦਿਓ ਕਿ ਜਿਹੜਾ ਉਹ ਤੁਹਾਡੀਆਂ ਇਹਨਾਂ ਚੀਜ਼ਾਂ ਨੂੰ ਗੱਲਾਂ ਨੂੰ ਵਾਚ ਕੇ ਤੇ ਉਹਨਾਂ ਅੰਦਰ ਵੀ ਉਤਸ਼ਾਹਤ ਹੋ ਪਰਿਆ ਜਾਵੇ ਤੋਂ ਵੀ ਜ਼ਰੂਰ ਆਉਣ ਇਧਰ ਹਾਂਜੀ ਬਿਲਕੁਲ ਅ ਗੱਲ ਇਦਾਂ ਜੀ ਰੰਧਾਵਾ ਜੀ ਹਾਂ ਕੀ ਦੇਖੋ ਕੋਈ ਵੀ ਸਟਾਰਟਿੰਗ ਤੋਂ ਨਹੀਂ ਸਿੱਖਿਆ ਹੁੰਦਾ ਬਿਲਕੁਲ ਮੈਨੂੰ ਵੀ ਕੁਝ ਨਹੀਂ ਪਤਾ ਸੀਗਾ ਠੀਕ ਆ ਮੈਂ ਜਦੋਂ ਸ਼ਰਮਾ ਸਰ ਹੋਣਾ ਨੂੰ ਮਿਲੀਆਂ ਮੈਂ ਬਿਲਕੁਲ ਮੇਰੇ ਚ ਕੌਨਫੀਡੈਂਸ ਜ਼ੀਰੋ ਸੀ ਹਾਂਜੀ ਇਹਨਾਂ ਨੂੰ ਮਿਲੀਆਂ ਦਨ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇੰਨਾ ਕੁ ਮੋਟੀਵੇਟ ਕੀਤਾ ਇਹਨੇ ਕੁ ਵਧੀਆ ਤਰੀਕੇ ਨਾਲ ਦੋਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਅੱਜ ਮੈਂ ਇੱਥੇ ਪਹੁੰਚੀ ਹਾਂ ਹਨਾ ਤੇ ਕੁਝ ਵੀ ਇੰਪੋਸੀਬਲ ਨਹੀਂ ਹੁੰਦਾ ਹਾਂਜੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਹਰ ਇੱਕ ਚੀਜ਼ ਪੋਸੀਬਲ ਹੁੰਦੀ ਹੈ ਜੇ ਤੁਸੀਂ ਦਿਲੋਂ ਉਸ ਚੀਜ਼ ਨੂੰ ਚਾਹੁੰਦੇ ਹੋ ਜੇ ਤੁਸੀਂ ਦਿਲੋਂ ਕਰਨਾ ਚਾਹੁੰਦੇ ਹੋ ਕੁਝ ਵੀ ਇੰਪੋਸੀਬਲ ਨਹੀਂ ਹੁੰਦਾ ਹਾਂ ਉਸ ਚੀਜ਼ ਨੂੰ ਟਾਈਮ ਜ਼ਰੂਰ ਲੱਗਦਾ ਬਟ ਉਹ ਚੀਜ਼ ਨੂੰ ਜਦੋਂ ਟਾਈਮ ਲੱਗਦਾ ਬਾਅਦ ਵਿੱਚ ਜਦੋਂ ਉਹ ਚੀਜ਼ ਹੁੰਦੀ ਹੈ ਤੇ ਉਹ ਇੰਨੇ ਵਧੀਆ ਤਰੀਕੇ ਨਾਲ ਬਾਹਰ ਆਂਦੀ ਹੈ ਨਾ ਕਿ ਉਹ ਕੋਈ ਗੈਸ ਹੀ ਨਹੀਂ ਕਰ ਪੰਦਾ ਬਿਲਕੁਲ ਹਾਂ ਬਿਲਕੁਲ ਸਹੀ ਗੱਲ ਹੈ ਹਾਂਜੀ ਤੇ ਦੋਸਤੋ ਇਹ ਸਾਡੇ ਬਹੁਤ ਹੀ ਵਧੀਆ ਟੀਮ ਦੇ ਜਿਵੇਂ ਕਿ ਮੈਂ ਵੀ ਦੇਵੀ ਸ਼ਰਮਾ ਸਾਹਿਬ ਜੀ ਨਾਲ ਜੁੜਿਆ ਪਿਆ ਔਰ ਬਹੁਤ ਹੀ ਵਧੀਆ ਇੱਕ ਮੈਂਬਰ ਨੇ ਇੱਕ ਪਰਿਵਾਰ ਹੈ ਸਾਡਾ ਔਰ ਮੈਂ ਚਾਹਾਂਗਾ ਕਿ ਹੋਰ ਵੀ ਡੀ ਲੜਕੀਆਂ ਆ ਰਹੀਆਂ ਫੀਲਡ ਚ ਉਹ ਖੁੱਲ ਕੇ ਹੋਣ ਔਰ ਚੰਗੇ ਡਾਇਰੈਕਟਰਾਂ ਦੇ ਨਾਲ ਕੰਮ ਕਰਨ ਔਰ ਜਿਹੜੇ ਫਰਾਡ ਬਾਜੀ ਜਿਹੜੇ ਤੁਰੇ ਫਿਰਦੇ ਇੰਡਸਟਰੀ ਚ ਕੁਝ ਲੋਕ ਉਹਨਾਂ ਤੋਂ ਬਚ ਕੇ ਰਹਿਣ ਲੇਡੀਜ਼ ਔਰ ਪ੍ਰੀਤ ਸੋਢੀ ਨੂੰ ਔਰਤਾਂ ਦੇ ਹੱਕ ਵਿੱਚ ਔਰਤਾਂ ਦੇ ਲਈ ਮੇਰਾ ਸਜਦਾ ਆ ਕੇ ਪੰਜਾਬ ਦੀਆਂ ਇਹ ਨੌਜਵਾਨਾਂ ਦੀਆਂ